स्वागत है जी सैलेड न्यूज चैनल देख रहे हैं सारे दर्शकों का। आज मिति है जी 24 मार्च 2021 दिन है बुधवार। मैं हां ਤੁਹਾਡਾ अपना दो शिवम महाजन ते आओ जानिए लुधियाना शहर ਦੇ ਵਿੱਚ ਕੀ ਕੁਝ ਵਾਪਰਿਆ। ਪੰਜਾਬ ਵਿੱਚ ਵੱਜ ਚੁੱਕਾ ਹੈ ਖਤਰੇ ਦਾ ਅਲਾਰਮ। ਪੰਜਾਬ ਵਿੱਚ ਆਏ ਕਰੋਨਾ ਮਰੀਜ਼ਾਂ ਦੇ ਵਿੱਚ 81% ਮਰੀਜ਼ਾਂ ਦੇ ਵਿੱਚ ਪਾਇਆ ਗਿਆ ਯੂਕੇ ਦਾ ਕਰੋਨਾ ਵਾਇਰਸ। ਅਜੇ ਹਾਲਾਤਾਂ ਦੇ ਵਿੱਚ ਜਿਸ ਪ੍ਰਕਾਰ ਨਾਲ ਯੂਕੇ ਦੇ ਵਿੱਚ ਹਾਲਾਤ ਬਣੇ ਸੀ, ਪੰਜਾਬ ਦੇ ਵਿੱਚ ਵੀ ਅਜੇ ਹਾਲਾਤ ਬਣਨ ਦੀ ਉਮੀਦ ਕੀਤੀ ਜਾ ਰਹੀ ਹੈ। ਚੰਦਰ ਨਗਰ ਵਿੱਚ ਸਥਿਤ ਰੇਲਵੇ ਪੁਲ ਦੇ ਥੱਲੇ ਬੁੱਢੇ ਨਾਲੇ ਦੇ ਵਿੱਚ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਬਰਾਮਦ ਹੁੰਦਿਆਂ ਹੀ ਸਲੇਮ ਟਾਬਰੀ ਦੀ ਪੁਲਿਸ ਨੇ ਪਹੁੰਚ ਕੇ ਉੱਥੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜਿਹੜਾ ਅਣਪਛਾਤਾ ਵਿਅਕਤੀ ਹੈ ਉਸਨੂੰ 72 ਘੰਟੇ ਦੇ ਲਈ ਮੋਚਰੀ ਵਿੱਚ ਰੱਖਿਆ ਗਿਆ ਹੈ ਤਾਂ ਜੋ ਉਸਦੀ ਪਹਿਚਾਣ ਕੀਤੀ ਜਾਵੇ। ਸ਼ਿਮਲਾਪੁਰੀ ਵਿੱਚ ਸਥਿਤ ਮੈਡ ਕਲੋਨੀ ਦੀ ਗਲੀ ਨੰਬਰ 11 ਦੇ ਵਿੱਚ ਇੱਕ ਘਰ ਦੇ ਵਿੱਚ ਬਣੇ ਮੰਦਿਰ ਦੀ ਜੋਤੀ ਨੂੰ ਜਦੋਂ ਕਿ ਪੂਰੇ ਪ੍ਰਕੋਪ ਦੇ ਵਿੱਚ ਆਈ ਤਾਂ ਉਸਨੇ ਜਿਹੜੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ। ਅਜਿਹੇ ਹਾਲਾਤ ਦੇ ਵਿੱਚ ਜਿਹੜਾ ਸਿਲੰਡਰ ਕੋਲ ਪਿਆ ਸੀ ਉਹ ਫਟ ਗਿਆ, ਜਿਸ ਦੇ ਚਲਦਿਆਂ 2 ਮੰਜ਼ਿਲਾ ਇਮਾਰਤ ਵਿੱਚ ਪਏ ਸਾਰੇ ਦਾ ਸਾਰਾ ਫਰਨੀਚਰ ਅਤੇ ਕੱਪੜੇ ਜਲ ਕੇ ਸਵਾਹ ਬਣ ਗਏ, ਜਦਕਿ ਜਾਨ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਰਾਸ਼ਨ ਕਾਰਡ ਖਪਤਕਾਰਾਂ ਨੇ ਡੀਪੂ ਹੋਲਡਰਾਂ ਦੇ ਖਿਲਾਫ ਆਪਣਾ ਪ੍ਰਦਰਸ਼ਨ ਖੋਲ ਦਿੱਤਾ ਹੈ। ਉਹਨਾਂ ਵੱਲੋਂ ਇਹ ਬਾਰ ਬਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਡੀਪੂ ਹੋਲਡਰਾਂ ਵੱਲੋਂ ਉਹਨਾਂ ਨੂੰ ਕਣਕ ਦੇ ਰੂਪ ਦੀ 30 ਕਿਲੋ ਬੋਰੀ ਦੇ ਵਿੱਚ ਕੇਵਲ 25 ਤੋਂ 28 ਕਿਲੋ ਕਣਕ ਦਿੱਤੀ ਜਾਂਦੀ ਹੈ, ਨਾਲ ਹੀ ਇੱਕ ਬੋਰੀ ਦੇ ਮਗਰ ਉਹਨਾਂ ਤੋਂ 10 ਰੁਪਏ ਨਜਾਇਜ਼ ਵਸੂਲੇ ਜਾ ਰਹੇ ਹਨ। ਅਜਿਹਾ ਤੁਹਾਡੇ ਨਾਲ ਹੋਣ ਤੇ ਸ਼ਿਕਾਇਤ ਜ਼ਰੂਰ ਦਰਜ ਕਰਵਾਓ। ਕਾਬੂ ਹੋ ਰਿਹਾ ਹੈ ਕਰੋਨਾ, ਜ਼ਿੰਮੇਵਾਰ ਕੌਣ? ਇੱਕ ਵਾਰ ਫੇਰ ਤੋਂ ਲੁਧਿਆਣਾ ਵਿੱਚ ਹੋਇਆ ਕਰੋਨਾ ਦਾ ਬਲਾਸਟ। ਕਰੋਨਾ ਦੇ ਮਰੀਜ਼ ਹੋਏ 400 ਤੋਂ ਵੀ ਪਾਰ। ਲੁਧਿਆਣਾ ਵਿੱਚ ਆਏ ਕਰੋਨਾ ਦੇ 412 ਨਵੇਂ ਮਾਮਲੇ, ਜਦਕਿ 11 ਮਰੀਜ਼ਾਂ ਦੀ ਮੌਤ ਹੋ ਗਈ। ਅਤੇ ਅੰਤ ਵਿੱਚ ਅੱਜ ਦਾ ਵਿਚਾਰ, ਕੋਸ਼ਿਸ਼ ਕਰੋ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਅਜਿਹੀਆਂ ਹੋਰ ਸਰਗਰਮੀਆਂ ਲਈ ਜੁੜੇ ਰਹੋ ਸਾਡੇ ਸੈਲੇਡ ਦੇ ਨਿਊਜ਼ ਚੈਨਲ ਨਾਲ। ਸਾਡੇ ਸੈਲੇਡ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ। ਸਾਨੂੰ ਦਿਓ ਇਜਾਜ਼ਤ, ਧੰਨਵਾਦ।